ਹਰਮੀਤ ਸਾਡੇ ਨਾਲ ਅੰਮ੍ਰਿਤਸਰ ਤੋਂ ਜੁੜਗੇ ਆ ਅੰਮ੍ਰਿਤਸਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਉਹਨਾਂ ਤੋਂ ਜਾਣਾਂਗੇ ਇਸੇ ਤਰ੍ਹਾਂ ਹੀ ਪ੍ਰਿੰਕਾ ਮਿਲੂ ਮੁਹਾਲੀ ਤੋਂ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਤੋਂ ਵੀ ਜਾਣਾਂਗੇ ਕਿ ਆਖਰਕਾਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਤੇ Shimla ਤੋਂ ਸਾਡੇ ਨਾਲ ਸਾਡੇ ਸਹਿਯੋਗੀ ਰੇਸ਼ਮਾ ਕਸ਼ਯਪ ਵੀ ਜੁੜੇ ਹੋਏ ਆ ਉਹਨਾਂ ਤੋਂ ਵੀ ਜਾਣਦੇ ਆ ਕਿ ਕਿਸ ਤਰ੍ਹਾਂ ਦੀ ਤਿਆਰੀ ਜੜੀ ਆ ਉੱਥੇ ਪ੍ਰਸ਼ਾਸਨ ਦੇ ਵੱਲੋਂ ਕਰ ਲਈ ਗਈ ਆ ਤਾਂ ਸਭ ਤੋਂ ਪਹਿਲਾਂ ਹਰਮੀਤ ਕੋਲੇ ਚੱਲਦੇ ਆ ਕਿਉਂਕਿ ਇਤਿਹਾਸਕ ਜਿਹੜਾ ਸੀਟ ਹੈ ਇਤਿਹਾਸ ਦੇ ਨਾਲ ਇਹ ਤਰਤੀ ਜਿਹੜੀ ਉਹ ਜੁੜੀ ਹੋਈ ਆ ਔਰ ਦੂਸਰੇ ਪਾਸੇ ਜੇ ਆਪਾਂ ਜ਼ਿਕਰ ਕਰੀਏ ਕਿ ਉੱਥੇ ਇਸ ਵਾਰ ਜਿਹੜਾ ਮੁਕਾਬਲਾ ਹੈ ਉਹ ਕਾਫੀ ਦਿਲਚਸਪ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਸ਼ਰੂਮਨੀ ਕਾလီਦਾਲ ਤੇ ਭਾਜਪਾ ਵੱਖਰੇ ਤੌਰ ਦੇ ਉੱਤੇ ਲੜ ਰਹੇ ਆ ਤੇ ਦੂਸਰੇ ਪਾਸੇ ਕਾਂਗਰਸ ਦੇ ਜੋ ਮੌਜੂਦਾ ਸੰਸਦ ਨੇ ਉਹ ਦਾਵਾ ਕਰ ਰਹੇ ਆ ਆਪਣੀ ਜਿੱਤ ਦਾ ਕਿ ਇਸ ਵਾਰ ਫਿਰ ਜਿੱਤ ਉਹਨਾਂ ਨੂੰ ਹੀ ਮਿਲੇਗੀ ਤੇ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਕੈਬਨਟ ਮੰਤਰੀ ਉੱਥੇ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਆ ਤਿਆਰੀਆਂ ਉੱਥੇ ਕਿਸ ਤਰ੍ਹਾਂ ਦੀਆਂ ਇਹ ਚੋਣ ਨੂੰ ਨੇਪਰੇ ਚੜਾਉਣ ਦੇ ਲਈ ਤਾਂ ਉਹ ਜਾਣਦੇ ਆ ਹਰਬੀਤ ਇਸ ਵਕਤ ਕਿਸ ਜਗ੍ਹਾ ਦੇ ਉੱਤੇ ਤੁਸੀਂ ਮੌਜੂਦ ਹੋ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੇ ਕੀ ਕੁਝ ਅਪੀਲ ਜਿਹੜੀ ਹੈ ਉਹ ਲੋਕਾਂ ਨੂੰ ਜਤਿੰਦਰ ਇਸ ਫਿਲਮ ਵਿੱਚ ਸਕੂਲ ਆਫ ਐਮਿਨੈਂਸ ਮਾਲ ਰੋਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਬੂਥ ਦੇ ਉੱਤੇ ਪੋਲਿੰਗ ਪਾਰਟੀਆਂ ਪਹੁੰਚਨੇ ਸ਼ੁਰੂ ਹੋ ਚੁੱਕੀਆਂ ਨੇ ਔਰ ਪੋਲਿੰਗ ਸਟੇਸ਼ਨ ਦੀ ਗੱਲ ਕਰੀਏ ਤਾਂ ਤਿਆਰੀਆਂ ਜਿਹੜੀਆਂ ਨੇ ਉਹ ਲਗਭਗ ਹੋ ਚੁੱਕਿਆ ਨੇ ਸ਼ੁਰੂ ਹੋ ਚੁੱਕਿਆ ਨੇ ਕੱਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ VOTING ਹੋਣੀ ਹੈ ਅੰਮ੍ਰਿਤਸਰ ਦੀ ਗੱਲ ਕਰੀਏ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਸਭ ਜੇ ਨਜ਼ਰਾਂ ਅੰਮ੍ਰਿਤਸਰ ਦੀ ਸੀਟ ਤੇ ਜ਼ਰੂਰ ਰਹਿੰਦੀ ਹੈ ਕਿਉਂਕਿ ਗੁਰੂ ਨਗਰੀ ਹੈ ਸਲਾਨੀ ਸ਼ਰਧਾਲੂ ਇੱਥੇ ਪਹੁੰਚਦੇ ਨੇ ਅੰਮ੍ਰਿਤਸਰ ਗੁਰੂ ਨਗਰੀ ਹੈ ਮਾਣ ਇਹਨੂੰ ਪੂਰੇ ਵਿਸ਼ਵ ਵਿੱਚ ਮਿਲਿਆ ਹੋਇਆ ਹੈ ਹਰਮੰਦਰ ਸਾਹਿਬ ਦੀ ਜਦੋਂ ਗੱਲ ਹੁੰਦੀ ਹੈ ਤਾਂ ਪੂਰੇ ਵਿਸ਼ਵ ਦੇ ਵਿੱਚ ਸਰਾਹ ਜਾਂਦਾ ਸੋ ਕੱਲ 1 ਜੂਨ ਨੂੰ VOTING ਹੋਣੀ ਹੈ ਇਸ ਵਿੱਚ ਅਮ੍ਰਿਤਸਰ ਤੋਂ ਦੋ ਵਾਰ MP रह चुके ਗੁਰਜੀਤ ਸਿੰਘ ਔਜਲਾ ਜੋ ਫੇਰ ਤੀਜੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹੋre ਜ਼ਰੂਰ ਅਮ੍ਰਿਤਸਰ ਦੇ ਲੋਕ ਇਹ ਦਾਵਾ ਦੇ ਕਰ ਰਹੇ ਨੇ ਕਿ ਇਸ ਵਾਰ ਔਜਲਾ ਫੇਰ ਬਾਜ਼ੀ ਮਾਰ ਸਕਦੇ ਨੇ ਪਰ ਜੇ ਮੁਕਾਬਲੇ ਦੀ ਗੱਲ ਕਰੀਏ ਜਤਿੰਦਰ ਚੌ ਪੱਖੀ ਮੁਕਾਬਲਾ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਹੈ ਦੂਜੇ ਪਾਸੇ BJP ਦੇ ਵੱਲੋਂ ਅਕਸਰ ਇਹ BJP ਨੂੰ ਲੋਕ ਕਹਿੰਦੇ ਨਜ਼ਰ ਆਉਂਦੇ ਨੇ ਕਿ ਪੈਰਾਸ਼ੂਟ ਉਤਰੇ ਜਾਂਦੇ ਆ ਇਸ ਵਾਰ ਅਮਰੀਕਾ ਤੋਂ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੀ ਚੌਣ ਮੈਦਾਨ ਦੇ ਵਿੱਚ ਉਤਰਿਆ ਹੈ ਭਾਜਪਾ ਦੇ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਉਮੀਦਵਾਰ ਨੇ ਤਰਨਜੀਤ ਸਿੰਘ ਸੰਧੂ ਤੇ ਜਸ ਸਿੰਘ ਸਮੁੰਦਰੀ ਦੇ ਪੋਤੇ ਔਰ ਇਸ ਤਰ੍ਹਾਂ ਦੇ ਨਾਲ-ਨਾਲ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਨਿਲ ਜੋਸ਼ੀ ਜੋ ਸਾਬਕਾ ਕੈਬਨਿਟ ਮੰਤਰੀ ਰਹੇ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਅਤੇ ਕੁਲਦੀਪ ਸਿੰਘ ਢਾਲੀਵਾਲ ਪੰਜਾਬ ਦੇ ਕੈਬਨਿਟ ਮੰਤਰੀ ਔਰ ਮੌਜੂਦਾ ਕੈਬਨਿਟ ਮੰਤਰੀ ਨੇ ਹੁਣ ਮੈਂਬਰ ਪਾਰਲੀਮੈਂਟ ਦੇ ਵਾਸਤੇ ਟਿਕਟ ਦੇ ਉੱਤੇ ਜ਼ੋਰ ਲਾਇਆ ਹੋਇਆ ਚੋਂ ਪੱਖੀ ਮੁਕਾਬਲਾ ਨਜ਼ਰ ਆ ਰਿਹਾ ਹੈ ਫਿਲਹਾਲ ਬੂਥ ਜਿਹੜਾ ਉਹ ਲਗਭਗ ਤਿਆਰ ਹੈ ਸਖਤੀ ਜਿਸ ਤਰੀਕੇ ਨਾਲ ਦੇਖ ਸਕਦੇ ਆ ਕਿ ਜੜੀਆਂ ਈਵੀਐਮ ਮਸ਼ੀਨਸ ਨੇ ਔਰ ਨਾਲ ਦੀ ਨਾਲ ਗੱਲ ਕਰੀਏ ਕਿ ਚੋਣ ਸਮਗਰੀ ਹੈ ਸਾਰੀ ਜਿਹੜੀ ਮੁਕੰਮਲ ਤੌਰ ਤੇ ਪੋਲਿੰਗ ਸਟੇਸ਼ਨ ਤੇ ਪਹੁੰਚ ਚੁੱਕੀ ਹੈ ਔਰ ਪੋਲਿੰਗ ਪਾਰਟੀਆਂ ਜੜੀਆਂ ਨੇ ਉਹ ਵੀ ਅੱਜ ਰਾਤ ਰੁਕਣ ਗਿਆ ਲੈਡੀ ਸਟਾਫ ਨੂੰ ਇਹ ਛੂਟ ਸੀ ਕਿ ਉਹ ਘਰ ਜਾ ਸਕਦੀਆਂ ਪਰ ਇਸ ਵੇਲੇ ਜੋ ਮਰਦਾਨਾ ਸਟਾਫ ਹੈ ਮਰਦਾਨਾ ਜੋ ਇੱਥੇ ਟੀਮ ਪਹੁੰਚੀ ਹੋਈ ਹੈ ਪੋਲਿੰਗ ਪਾਰਟੀ ਦੀ ਗੱਲ ਕਰੀਏ ਤਾਂ ਉਹ ਇਸ ਵੇਲੇ ਇੱਥੇ ਰਹਿਣਗੇ ਕਿਉਂਕਿ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਜਾਣੀਆਂ ਸ਼ਾਮ 6 ਵਜੇ ਤੱਕ ਔਰ ਸਕੂਲਸ ਦੇ ਵਿੱਚ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ 2134 ਜਿਹੜੇ ਬੂਥ ਲਾਏ ਗਏ ਨੇ 20000 ਦੇ ਕਰੀਬ ਮੁਲਾਜ਼ਮ ਤਨਖਤ ਕੀਤੇ ਗਏ ਆ ਪੈਰਾਮਿਲਟਰੀ ਫੋਰਸਿਸ ਤਨਖਤ ਕੀਤੀਆਂ ਨੇ ਔਰ ਤਾਂ ਜੋ ਕਿਸੇ ਤਰੀਕੇ ਨਾਲ ਕਿਤੇ ਵੀ ਕੁਛ ਅਹੋਜੀ ਗੱਲ ਨਾ ਹੋ ਸਕੇ ਇਸ ਵੇਲੇ ਸੀ ਸਕੂਲ ਆਫ ਐਮਿਨੈਂਸ ਮਾਲ ਰੋਡ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਪੋਲਿੰਗ ਪਾਰਟੀਆਂ ਪਹੁੰਚ ਚੁੱਕੀਆਂ ਨੇ ਔਰ ਪੋਲਿੰਗ ਸਟੇਸ਼ਨ ਦੇ ਉੱਤੇ ਹਾਲਾਤ ਜਿਹੜੇ ਨੇ ਉਹ ਅਸੀਂ ਗਰਾਉਂਡ ਜ਼ੀਰੋ ਤੋਂ ਦਿਖਾ ਰਹੇ ਹਾਂ ਕਿਸੇ ਨੂੰ ਵੀ ਐਂਟਰੀ ਨਹੀਂ ਹੈਗੀ ਫਿਰ ਹਾਲੇ ਵੀ ਦੱਸ ਦਿੰਦੇ ਹਾਂ ਕਿ মিডিਆ ਨੂੰ ਵੀ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਇਹ ਸੈਂਸਿਟਿਵ ਮਾਹੌਲ ਬਣਿਆ ਹੋਇਆ ਪੰਜਾਬ ਦੀ ਚੋਣ ਲਾਸਟ ਗੇਟ ਤੇ ਹੈ ਆਖਰੀ ਫੇਸ ਤੇ ਪੰਜਾਬ ਦੀ ਚੋਣ ਹੋਣ ਜਾ ਰਹੀ ਹੈ ਤਾਂ ਇਸ ਵਿੱਚ ਸਾਰੀਆਂ ਸਿਆਸੀਆ ਪਾਰਟੀਆਂ ਨੇ ਪੂਰਾ ਜ਼ੋਰ ਜਿਹੜਾ ਪੰਜਾਬ ਦੇ ਵਿੱਚ ਲਾਇਆ ਹੋਇਆ ਸੀਗਾ ਬੀਤੇ ਕੱਲ ਜੇ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇਪੀ ਨੱਡਾ ਹੋਰ ਅ ਵਕ ਵਕ ਜਿਹੜੇ ਲੀਡਰ ਨੇ ਸੀਨੀਅਰ ਲੀਡਰ ਨੇ ਉਹ ਵੀ ਪੰਜਾਬ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਨੇ ਲੋਕਾਂ ਨੂੰ ਗਰੰਟੀਏ ਦਿੰਦੇ ਨਜ਼ਰ ਆਏ ਨੇ ਪਰ ਇਸ ਵਾਰ ਲੋਕਾਂ ਦਾ ਮਨ ਕੀ ਕਹਿੰਦਾ ਇਸ ਵਾਰ ਕੀ ਲੱਗਦਾ ਕਿ ਲੋਕ ਹੁਣ 2024 ਦੀ ਚੋਣ ਦੇ ਵਿੱਚ ਕਿਸ ਨੂੰ ਕਿਸ ਅ ਲੀਡਰ ਨੂੰ ਆਪਣਾ ਰਾਜਾ ਚੁਣਦੇ ਆ ਕਿਸ ਨੂੰ ਵਿਸ਼ਵਾਸ ਦਵਾਉਂਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਸੀਐਮ ਮਾਨ ਲਗਾਤਾਰ ਰੋਡ ショਅ ਕਰਦੇ ਰਹੇ ਨੇ ਇੱਕ ਹਲਕੇ ਦੇ ਵਿੱਚ ਅੰਮ੍ਰਿਤਸਰ ਹਲਕੇ ਦੀ ਗੱਲ ਕਰੀ ਤਾਂ ਤਿੰਨ-ਤਿੰਨ ਵਾਰ ਮੁੱਖ ਮੰਤਰੀ ਭਗਵੰਤ ਮਾਨ ਆਪ ਪਹੁੰਚ ਕੇ ਰੋਡ ショਅ ਕਰਦੇ ਰਹੇ ਨੇ ਅਰਵਿੰਦ ਕੇਜਰੀਵਾਲ ਨੇ ਰੋਡ ショਅ ਕੀਤਾ ਹੈ ਔਰ ਅੰਮ੍ਰਿਤਸਰ ਦੇ ਵਿੱਚ ਭਾਜਪੀ ਦੇ ਦੇ ਜਿਹੜੇ ਰਾਸ਼ਟਰੀ ਅਧਿਕਾਰੀ ਨੇ ਜੇਪੀ ਨੱਡਾ ਉਹਨਾਂ ਦੇ ਵੱਲੋਂ ਤਰਨਜੀਤ ਸੰਧੂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਵੱਖ-ਵੱਖ ਜਿਹੜੇ ਲੀਡਰ ਨੇ ਤਮਾਮ ਅਸੀਂ ਗੱਲ ਕਰੀਏ ਤਾਂ ਹਰ ਕੋਈ ਆਪਣਾ ਇਸ ਵੇਲੇ ਜ਼ੋਰ ਲਗਾ ਚੁੱਕਾ ਹੈ ਬੀਤੇ ਕੱਲ੍ਹ ਜਦੋਂ ਪ੍ਰਚਾਰ ਖਤਮ ਹੋਇਆ ਤਾਂ ਅੱਜ ਮੀਟਿੰਗਸ ਜਿਹੜੀਆਂ ਨੇ ਉਹ ਡੋਰ ਟੂ ਡੋਰ ਹੋਈਆਂ ਨੇ ਉਸ ਦਾ ਪ੍ਰਚਾਰ ਜਿਹੜਾ ਉਹ ਨਹੀਂ ਦੇਖ ਸਕਦੇ ਕਿਉਂਕਿ ਉਹ ਹਦਾਇਤਾਂ ਸੀਗੀਆਂ ਕਿ ਪ੍ਰਚਾਰ ਜਿਹੜਾ ਬੀਤੇ ਕੱਲ 6 ਵਜੇ ਤੱਕ ਸੀਮਿਤ ਸੀਗਾ ਜੇ ਸ਼ਰਾਬ ਦੇ ਠੇਕੇ ਦੀ ਗੱਲ ਕਰੀਏ ਡਰਾਈ ਡੇ ਦੇ ਕਰਕੇ ਬੀਤੇ ਕੱਲ ਸ਼ਾਮ 6 ਵਜੇ ਤੋਂ ਬਾਅਦ ਹੁਣ ਤੱਕ ਬੰਦ ਨੇ ਕੱਲ ਸ਼ਾਮ 6 ਵਜੇ ਤੋਂ ਬਾਅਦ ਜਿਹੜਾ ਉਹ ਠੇਕੇ ਸ਼ਰਾਬ ਦੇ ਖੁੱਲਣੇ ਆ ਤਾਂ ਫਿਲਹਾਲ 2 ਦਿਨ ਦੇ ਵਾਸਤੇ ਡਰਾਈ ਡੇ ਐਲਾਨ ਕੀਤਾ ਗਿਆ ਜਦੋਂ ਰਿਜ਼ਲਟ ਆ 4 ਜੂਨ ਨੂੰ ਉਦੋਂ ਵੀ ਡਰਾਈ ਡੇ ਰੱਖਿਆ ਹੋਇਆ ਸੋ ਹੁਣ ਸਵੇਰੇ 7 ਵਜੇ ਤੋਂ VOTING ਸ਼ੁਰੂ ਹੈ 7 ਵਜੇ ਕੁਲਦੀਪ ਸਿੰਘ ਢਾਡੇਵਾਲ ਆਪਣੇ ਪਿੰਡ ਜਗਦੀਪ ਕਲਾ ਤੋਂ VOTING ਕਰਨਗੇ ਔਰ 7:30 ਵਜੇ ਤਰਨਜੀਤ ਸਿੰਘ ਸੰਧੂ ਜੋ BJP ਦੇ ਉਮੀਦਵਾਰ ਨੇ ਉਹ ਵੋਟ ਪਾਉਣ ਜਾਣਗੇ ਔਰ 8 ਵਜੇ ਦੇ ਕਰੀਬ ਗੁਰਜੀਤ ਸਿੰਘ ਔਜਲਾ ਆਪਣੇ ਪੂਰੇ ਪਰਿਵਾਰ ਦੇ ਸਮੇਤ VOTING ਕਰਨ ਜਾਣਗੇ 8 ਵਜੇ ਅਨਿਲ ਜੋਸ਼ੀ ਵੀ ਵੋਟ ਕਰਨਗੇ ਵਕ ਵਕ ਦਿਗਜ ਜੋ ਅੰਮ੍ਰਿਤਸਰ ਦੇ ਨਿਯਮ ਪਰ ਕੱਲ ਸੋਨੇ ਨਿਯਮ ਕਰਮਜੀਤ ਠੀਆ ਸਭ ਆਪਣੀ ਮਤ ਦਾ ਇਸਤੇਮਾਲ ਕਰਨਗੇ ਔਰ ਕੱਲ ਦਾ ਮੁਕਾਬਲਾ ਹੈ ਔਰ ਕੀ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦੇ ਨੇ ਪੂਹਰਾ ਦਿਲਚਸਪ ਹੈ ਕਿਉਂਕਿ ਸਭ ਦੀ ਨਜ਼ਰ ਹੈ ਇਸ ਵੇਲੇ ਪੰਜਾਬ ਦੀਆਂ ਆਖਰੀ ਗਿੱੜ ਦੇ ਚੋਣਾਂ ਤੇ ਪਹੁੰਚੀ ਹੋਈ ਹੈ ਹੁਣ ਇਹ ਦੇਖਦੇ ਹਾਂ ਕਿ 4 ਜੂਨ ਨੂੰ ਨਤੀਜੇ ਕਿਸ ਤਰੀਕੇ ਦੇ ਪਹੁੰਚਦੇ ਆ ਠੀਕ ਹੈ ਹਰਮੀਤ ਮੈਂ ਆਉਣਾ ਤੁਹਾਡੇ ਕੋਲੇ ਦੁਬਾਰਾ ਤੇ ਦੁਬਾਰਾ ਤੁਹਾਡੇ ਤੋਂ ਹੋਰ ਵੀ ਜਿਹੜੇ ਸਵਾਲ ਲਵਾਂਗੇ ਉਸ ਤੋਂ ਪਹਿਲਾਂ ਸ਼ਿਮਲਾ ਚਲਦੇ ਆ ਕਿਉਂਕਿ ਉੱਥੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਉਹ ਵੀ ਜਾਣ ਲਈਏ ਔਰ ਵੋਟਰਾਂ ਦੇ ਲਈ ਕਿਸ ਤਰ੍ਹਾਂ ਦੀ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਜਾਂ ਫਿਰ ਜੋ ਚੋਣ ਅਮਲ ਹੈ ਕਿ ਉਹ ਪੂਲਿੰਗ ਸਟੇਸ਼ਨਾਂ ਦੇ ਉੱਤੇ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਜਾਂ ਪਹੁੰਚ ਚੁੱਕਿਆ ਹੈ ਕਿ ਉੱਥੇ ਕੀ ਸਥਿਤੀ ਹੈ ਉਹ ਜਾਣਦੇ ਆ ਤਾਂ ਰੇਸ਼ਮਾ ਕਸ਼ੇਪ ਸਾਡੇ ਨਾਲ ਜੁੜੇ ਹੋਏ ਆ ਰੇਸ਼ਮਾ ਸ਼ਿਮਲਾ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਕਿੰਨੇ ਪੋਲਿੰਗ ਸਟੇਸ਼ਨ ਜਿਹੜੇ ਆ ਉਹ ਇੱਥੇ ਬਣਾਏ ਜਾਣਗੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀ ਕੁਝ ਹਦਾਇਤਾਂ ਜੋ ਅਮਲਾ ਨੂੰ ਦਿੱਤੀਆਂ ਗਈਆਂ ਨੇ ਔਰ ਹੋਰ ਕੀ ਕੁਝ ਖਾਸ ਰਹੇਗਾ जी आ, सबसे पहले मैं आपको बता दूं कि शिमला संसदीय क्षेत्र में आ, यहां पर जो तैयारियां हैं वो पूरी कर दी गई हैं तकरीबन तेरह लाख वोटर है यहां पर जो कल आ, यहां से जो प्रत्याशी है उनकी किस्मत का फैसला करेंगे और सबसे पहले जो चुनाव आयोग है उनकी ओर से ये जरूर आ, निश्चित करने के लिए यहां पर प्रयास किया गया है कि हर एक वोटर अपने घर से निकलकर मतदान केंद्र तक जाए अपना वोट करे यह सुनिश्चित किया जाए इसको लेकर अपनी ओर से जो तैयारियां हैं वो की गई है बात अगर की जाए एक जून यानी कि कल सुबह सात बजे से लेकर शाम छह बजे तक वोटिंग होनी है परिस्थितियों को देखते हुए इस बार एक घंटा बढ़ाया गया है वोटिंग की टाइम को लेकर क्योंकि नॉर्मली जो है जब मतदान आठ बजे से होता था लेकिन कल सात बजे से जो मतदान है वो शुरू होने वाला है शिमला की अगर मैं बात करूं शिमला जिला की तो यहां पर एक मतदान केंद्र बनाए गए हैं जिसको लेकर पोलिंग पार्टी अपने अपने स्थान पर पहुंच गई है पोलिंग स्टेशन पर पहुंच गई है इस वक्त मैं शिमला के ऐतिहासिक स्कैंडल पॉइंट पर खड़ी हूं जहां पर एक पोलिंग स्टेशन बनाया गया पोलिंग बूथ बनाया गया है तो इसकी आपको मैं जानकारी देना चाहूंगी कि यह पोलिंग स्टेशन नंबर तैतालीस है और ये विधानसभा क्षेत्र यानी शिमला सिक्सटी का पोलिंग स्टेशन यहां पर बनाया गया है और आपको मैं बताना चाहूंगी कि जिस जगह पर स्कैंडल के साथ में ये पोलिंग स्टेशन यहां पर बनाया गया है इसे हमेशा जो है आदर मतदान केंद्र बनाया जाता था लेकिन इस बार मतदान केंद्र को शिफ्ट करके शिमला के ही संजौली में यहाँ पर बनाया गया है और शिमला संसदीय क्षेत्र की मैं सबसे पहले आपको जानकारी देना चाहूंगी की शिमला संसदीय क्षेत्र में यहाँ पर सीधा जो मुकाबला है वो कांग्रेस और बीजेपी के बीच में होने जा रहा है क्योंकि कांग्रेस से यहाँ पर कसौली के विधायक है विनोद सुल्तानपुरी वो चुनाव लड़ रहे हैं वो कांग्रेस की ओर से प्रत्याशी है और बीजेपी की तरफ से पूर्व में सांसद रहे हैं सुरेश कश्यप वो दूसरी बार लोकसभा चुनाव में यहाँ पर उतरे हुए हैं हाँ, तो उसको लेकर जब सुबह यहां पर वोटिंग स्टार्ट होगी तो अभी फिलहाल तो आपको यहाँ पर जो पोलिंग स्टेशन है उसका नाम आपको यहां नजर आ रहा होगा लेकिन कल यहाँ पर प्रत्याशियों का नाम और उनको जो चुनाव चिन्ह दिया गया है वो भी यहाँ पर लगाया जाएगा और जिस तरह से शिमला की अगर मैं शिमला जिला की अगर मैं बात करूं तो यहां पर हमेशा जो मतदाता मतदान जो प्रतिशतता है वो कम रहती है प्रदेश में सबसे ज्यादा तो उसको बढ़ाने के लिए इस बार अलग अलग जो जागरूकता अभियान है वो यहां पर जरूर चलाए गए हैं और इसके साथ साथ जो मतदाता पोलिंग स्टेशन तक पहुंचेंगे लिए, उनके लिए अलग अलग जो इंस्ट्रक्शन है वो यहां पर दिए गए हैं जिस तरह से आप देख सकते हैं कि पोलिंग स्टेशन के दरवाजे के बा, आ, बाहर ही यहां पर कुछ इंस्ट्रक्शन लगाए गए हैं कि जब आपने मतदान के दिन यहां पर पहुंचना है क्या क्या चीजों का आपने ध्यान रखना है जो मतदाता है वो अपने साथ क्या क्या चीजें लेकर आएंगे उन्हें ध्यान क्या डॉक्यूमेंट्स उन्हें अपने साथ क्या क्या लेकर आने हैं वो तमाम चीजें यहां पर लिखी गई है प्रक्रिया क्या क्या रहेगी और इसके अलावा जो विशेष मतदाता होते हैं या फिर दिव्यांग मतदाता होते हैं क्योंकि जब मतदान केंद्र इस तरह से जहां पर बनाए जाते हैं तो वॉलंटियर्स भी यहां पर रहते हैं उनकी मदद के लिए तो विशेषकर जो यहां पर जैसे लिखा गया है कि एंड डम जो वोटर्स यहां पर आएंगे उनकी सुविधा के लिए उन्हें साइन लैंग्वेज के बारे में भी बताया गया है है कि कि उन्हें अगर समझाना आपने वोट कैसे करना है अंदर जाकर जो जो प्रक्रिया है वो किस तरह से होनी है उसके लिए भी यहां पर इंस्ट्रक्शन यहां पर लगाए गए हैं और इसके साथ साथ यहां पर मैं आपको बताना चाहूंगी आ, कि जो ये पोलिंग स्टेशन यहां पर बनाया गया है इसमें दो जगह पर सुबह के समय में जो पंक्तियां लगने वाली है जो मेल वो वोटर्स है वो इस तरफ यहां पर खड़े होंगे और जो फीमेल वोटर्स है उनके लिए इस तरफ यहां पर पंक्ति लगाई जाएगी क्योंकि वोटर्स के लिए हर जो अलग अलग जो सुविधाएं है हर मतदान केंद्र पर रहती है विशेषकर हम सीनियर सिटीजन की बात करें या जो स्पेशली एबल्ड लोगों थे उनके लिए यहां पर एक रैम्प की व्यवस्था भी सुबह के टाइम पे की जाएगी व्हील चेयर यहां पर अंदर रखी गई है और अभी की अगर मैं आपको जानकारी दूं जो पोलिंग पार्टी है वो यहां पर पहुंच चुकी है और जो मशीन है उनकी जांच यहां पर होगी और सुबह जब सात बजे वोटिंग शुरू होगी तो उससे पहले पहले मॉक पोल यहाँ पर उससे पहले यानी कि एक घंटा पहले जो मॉक पोल जो प्रैक्टिस है वो यहाँ पर की जाती है तो इस तरह से हम कह सकते हैं कि तमाम जो तैयारियां चुनाव आयोग की तरफ नहीं से नहीं। वो पूरी यहां पर कर दी गई है और इसके अलावा हिमाचल प्रदेश में जिस तरह से देखा जाता है हमेशा चाहे हम बात करें लोकसभा चुनावों की या फिर विधानसभा चुनावों की हमेशा जो चुनावी प्रक्रिया है यहाँ पर मतदान जो प्रक्रिया है वो काफी शांतिपूर्ण तरीके से होती है यहां पर किसी तरह की वायलेंस या माहौल खराब करना इस तरह की कोई भी परिस्थितियां यहां पर नहीं आती फिर भी सिचुएशन अनुसार या फिर भविष्य या फिर पास्ट में कोई इस तरह की घटनाएं अगर हुई होती हैं तो उसके अनुसार हिमाचल प्रदेश में यहां पर तीन जो क्रिटिकल पोलिंग बूथ है वो यहां पर जरूर बनाए गए हैं शिमला जिला की अगर मैं बात करूं तो शिमला जिला में सोलह क्रिटिकल बूथ है यहां पर विशेष रूप से जो सुरक्षा व्यवस्था का ध्यान रखा गया है वहां पर सुरक्षा व्यवस्था के मद्देनजर चीजें थोड़ी और हम कह सकते हैं कि सख्त की जाती है अदरवाइज चाहे जो चुनावी प्रक्रिया है वो काफी शांतिपूर्ण तरीके से यहाँ पर की जाती है जी ਸਾਡੇ ਨਾਲ ਸਮਤਪ੍ਰੀਤ ਮਾਹੌਲ ਵੀ ਜੁੜੇ ਹੋਏ ਇੱਕ ਵਾਰ ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰੀਏ ਫਿਰ ਪ੍ਰਿੰਕਾ ਦੇ ਕੋਲੇ ਵੀ ਆਵਾਂਗੇ ਤਾਂ ਲੰਬੀ ਕਿਉਂਕਿ ਬਠਿੰਡਾ ਜਿਹੜਾ ਹਲਕਾ ਹੈ ਤਾਂ ਉਹ ਵੀ ਇਸ ਵਾਰ ਕਾਫੀ ਦਿਲਚਸਪ ਰਹੇਗਾ ਕੌਣ ਉਥੋਂ ਬਾਜੀ ਮਾਰਦਾ ਹੈ ਕੌਣ ਜਿੱਤ ਹਾਸਲ ਕਰਦਾ ਹੈ ਇਹ ਦੇਖਣਾ ਜਿਹੜਾ ਉਹ ਬੜਾ ਅਹਿਮ ਹੋਏਗਾ ਤਾਂ ਲੰਬੀ ਦੇ ਵਿੱਚ ਇਸ ਵਕਤ ਸਾਡੇ ਸਹਿਯੋਗੀ ਮੌਜੂਦ ਨੇ ਸਮਤ ਕਿਸ ਤਰ੍ਹਾਂ ਦੀਆਂ ਤਿਆਰੀਆਂ ਇਸ ਵਕਤ ਲੰਬੀ ਦੇ ਵਿੱਚ ਕੀ ਕੁਝ ਇੱਥੇ ਖਾਸ ਕੀ ਕੁਝ ਅਪੀਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਉਥੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਔਰ ਅਮਲਾ ਫੈਲਾ ਕੀ ਪਹੁੰਚ ਚੁੱਕਿਆ ਆਪਣੇ ਆਪਣੇ ਸਥਾਨ ਤੇ ਜਤਿੰਦਰ ਦੇਖੋ 18ਵੀਂ ਲੋਕ ਸਭਾ ਦੀ 7ਵੇਂ ਫੇਸ ਦੇ ਜਿਹੜੇ VOTING ਆ ਉਹ ਹਾਲਾਂਕਿ 13 ਘੰਟੇ ਬਾਅਦ ਜਿਹੜੀ ਆ ਸ਼ੁਰੂ ਹੋ ਜਾਵੇਗੀ ਲੇਕਿਨ ਉਸ ਤੋਂ ਪਹਿਲਾਂ ਜਿਹੜੀਆਂ ਚੋਣ ਕਮਿਸ਼ਨ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰਨ ਤੌਰ ਦੇ ਉੱਤੇ ਕਰ ਲਈਆਂ ਗਈਆਂ ਹਨ ਹਰ ਇੱਕ ਨੂੰ ਲੋਕ ਸਭਾ ਬਠਿੰਡਾ ਦੇ ਵਿੱਚ ਐਂਟਰੈਂਸ ਦੇ ਉੱਤੇ ਜਿਹੜੀ ਪੂਰੀ ਤੌਰ ਦੇ ਉੱਤੇ ਚੈਕਿੰਗ ਕਰਕੇ ਜਿਹੜਾ ਉਹ ਐਂਟਰ ਕਰਨ ਦਿੱਤਾ ਜਾ ਰਿਹਾ ਤੇ ਇਸੇ ਤਰੀਕੇ ਦੇ ਨਾਲ ਇਸ ਵਕਤ ਅਸੀਂ ਬਠਿੰਡਾ ਲੋਕ ਸਭਾ ਦੇ ਪਿੰਡ ਬਾਦਲ ਦੇ ਵਿੱਚ ਅਸੀਂ ਖੜੇ ਆ ਠੀਕ ਮੇਰੇ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਬੂਥ ਨੰਬਰ ਜੋ 123 124 ਹੈ ਜੋ ਬਣਾਇਆ ਗਿਆ ਹੈ ਤੇ ਠੀਕ ਇਹ ਬੂਥ ਇਸ ਕਰਕੇ ਅਹਿਮ ਬਣ ਜਾਂਦਾ ਹੈ ਕਿਉਂਕਿ ਇੱਥੇ ਬਾਦਲ ਫੈਮਿਲੀ ਦੀ ਜਿਹੜੀ ਵੋਟ ਕਾਸਟ ਹੈ ਜਿਹੜੀ ਇੱਥੇ ਤਕਰੀਬਨ ਸਵੇਰੇ 8 ਵਜੇ ਦੇ ਕਰੀਬ ਹੋਣ ਜਾ ਰਹੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਇਹ ਬੂਥ ਕੇਵਲ ਔਰ ਕੇਵਲ ਬਾਦਲ ਫੈਮਲੀ ਦੀ ਕੋਠੀ ਦੇ ਬਿਲਕੁਲ 10 ਕਦਮਾਂ ਦੀ ਦੂਰੀ ਦੇ ਉੱਤੇ ਸਥਿਤ ਹੈ ਅਤੇ ਇਸ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਇੱਕ ਦੂਰੀ ਦੇ ਉੱਤੇ ਜਿਹੜਾ ਇਸ ਇਹ ਬੂਥ ਹੈ ਤੇ ਜਿੱਥੇ ਸੁਖਵੀਰ ਸਿੰਘ ਬਾਦਲ ਬੀ ਬਹਾਰਸੀਮਤ ਕੌਰ ਬਾਦਲ ਵੱਲੋਂ ਆਪਣੀ ਵੋਟ ਹੈ ਜਿਹੜੀ ਇਸੇ ਬੂਥ ਬੂਥ ਨੰਬਰ 123 124 ਦੇ ਵਿੱਚ ਜਿਹੜੀ ਆ ਉਹ ਕਾਸਟ ਕੀਤੀ ਜਾਵੇਗੀ ਤੇ ਹਾਲਾਂਕਿ ਹਮਲਾ ਜੇਕਰ ਤੁਸੀਂ ਪੁੱਛ ਰਹੇ ਸੀ ਸਵਾਲ ਕਿ ਹਮਲਾ ਪਹੁੰਚ ਚੁੱਕਿਆ ਤੇ ਇੱਥੇ ਦੱਸਣਾ ਚਾਹਾਂਗੇ ਕਿ ਪੂਰਨ ਤੌਰ ਦੇ ਉੱਤੇ ਜਿੰਨੀਆਂ ਕਿਡਸ ਨੇ ਜਿਹੜੀਆਂ ਇੱਥੇ ਹੋ ਚੁੱਕੀਆਂ ਨੇ ਪੋਲਿੰਗ ਬੂਥ ਦੇ ਉੱਤੇ ਇਸ ਵਕਤ ਜਿਹੜਾ ਅਧਿਕਾਰੀਆਂ ਵੱਲੋਂ ਡਿਊਟੀਆਂ ਵੀ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਨੇ ਤੇ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਅਬ ਇਸ ਵਕਤ ਪੂਰੀ ਚਹਲ ਪਹਿਲ ਜਿਹੜੀ ਉਹ ਕੋਠੀ ਦੇ ਬਾਹਰ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਕਿਉਂਕਿ ਵਿਵਾ ਹਰ ਸਿਮਰਤ ਕੌਰ ਬਾਗਲ ਜਿਹੜੇ ਇੱਥੋਂ ਸ਼੍ਰੋਮਣੀ ਕਾਲੀਦਾਲ ਦੇ ਉਮੀਦਵਾਰ ਨੇ ਜੇਕਰ ਪੂਰੇ ਬਠਿੰਡੇ ਦੀ ਲੋਕ ਸਭਾ ਦੀ ਗੱਲ ਕੀਤੀ ਜਾਵੇ ਤਾਂ ਕੁੱਲ 16,51,128 ਵੋਟਾਂ ਨੇ ਜਿਸ ਦੇ ਵਿੱਚ ਲੋਕ ਨੇ ਜਿਹੜੇ 16 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹ ਆਪਣੇ ਮੈਂਬਰ ਪਾਰਲੀਮੈਂਟ ਜਿਹੜਾ ਕੱਲ ਚੁਣਨ ਜਾ ਰਹੇ ਨੇ ਤੇ ਫਿਲਹਾਲ ਇਹ 2 ਮਹੀਨਿਆਂ ਦੇ ਦਰਮਿਆਨ ਚੌਕੜਾ ਮੁਕਾਬਲਾ ਜਿਹੜਾ ਕੇਵਲ ਔਰ ਕੇਵਲ ਜੇਕਰ ਗੱਲ ਕੀਤੀ ਜਾਵੇ ਬਠਿੰਡਾ ਲੋਕ ਸਭਾ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਬੀਜੇਪੀ ਤੋਂ ਇੱਥੇ ਉਮੀਦਵਾਰ ਜਿਹੜੇ ਆ ਉਹ ਮਲੂਕਾ ਪਰਿਵਾਰ ਰਿਹਾ ਤੇ ਇਸ ਦੇ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡਿਆ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਤੇ ਵੀ ਬਾਹਰ ਸਿਮਰਤ ਕੌਰ ਬਾਦਲ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਇਸੇ ਤਰੀਕੇ ਦੇ ਨਾਲ ਹਾਲੀ ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਜਿਹੜੇ ਜੀਤ ਮਹਿੰਦਰ ਸਿੱਧੂ ਨੇ ਜਿਹੜੇ ਉਹ ਇਥੋਂ ਕਾਂਗਰਸ ਦੇ ਉਮੀਦਵਾਰ ਨੇ ਹਾਲਾਂਕਿ ਹੁਣ ਜੇਕਰ ਪੂਰੇ ਪੰਜਾਬ ਦੇ ਵਿੱਚ ਬਠਿੰਡਾ ਲੋਕ ਸਭਾ ਦੀ ਗੱਲ ਕਰਾਂ ਤਾਂ ਇਕੱਲੀ ਬਠਿੰਡਾ ਲੋਕ ਸਭਾ ਇਹੋ ਜਿਹਾ ਹਲਕਾ ਹੈ ਜਿੱਥੇ ਚੋਕੜਾ ਮੁਕਾਬਲਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ 124 ਨੰਬਰ ਬੂਥ ਹੈ ਜਿਹੜਾ ਤੁਹਾਨੂੰ ਬਿਲਕੁਲ ਸਾਹਮਣੇ ਦਿਖਾਈ ਦੇ ਰਿਹਾ ਜਿੱਥੇ ਕੱਲ ਨੂੰ ਜਿਹੜੇ ਆ ਬਾਦਲ ਫੈਮਿਲੀ ਦੀ ਜਿਹੜੀ ਵੋਟ ਕਾਸਟ ਇੱਥੇ ਹੋਵੇਗੀ ਤਕਰੀਬਨ 8 ਵਜੇ ਜਿਹੜਾ ਸੁਖਵੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਇੱਥੇ ਵੋਟ ਕਾਸਟ ਕਰਨ ਦੇ ਲਈ ਆਉਣਗੇ ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਜਿੱਥੇ ਅਸੀਂ ਗੱਲ ਕਰ ਰਹੇ ਸੀਗੇ 1651000 ਵੋਟਰਸ ਦੀ ਤਾਂ ਲਗਾਤਾਰ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਭਰੋਸਾ ਉਹ ਜਤਾਇਆ ਗਿਆ 2004 ਤੋਂ ਜੇਕਰ ਗੱਲ ਕੀਤੀ ਜਾਵੇ ਬੀਬੀ ਗੁਲਸ਼ਨ ਹੋਂ ਚਾਹੇ 2009 ਤੋਂ ਲਗਾਤਾਰ ਬੀਬੀ ਹਰਸ਼ਿਮਰਤ ਕੌਰ ਬਾਦਲ ਇਸ ਲੋਕ ਸਭਾ ਹਲਕੇ ਤੋਂ ਜਿੱਤਦੇ ਆਏ ਹੋਂ ਤਾਂ ਹੁਣ ਇਸ ਤੋਂ ਬਾਅਦ ਇਹ ਦੇਖਣਾ ਆਮ ਰਹੇਗਾ ਕਿ ਵਾਕੇ ਹੀ ਇਸ ਤੋਂ ਬਾਅਦ ਲੋਕ ਫਿਰ ਇੱਕ ਵਾਰੀ ਬੀਬੀ ਹਰਸ਼ਿਮਰਤ ਕੌਰ ਬਾਦਲ ਤੇ ਭਰੋਸਾ ਜਤਾਉਂਦੇ ਨੇ ਜਾਂ ਫਿਰ ਕਿਸੇ ਹੋਰ ਨੂੰ ਨੁਮਾਇੰਦਗੀ ਜਿਹੜਾ ਉਹ ਇੱਥੋਂ ਦਿੱਤੀ ਜਾਵੇਗੀ ਲੋਕਾਂ ਵੱਲੋਂ ਕਿਸਵੇ ਸਿਰ ਸੇਰਾ ਸਜਾਇਆ ਜਾਵੇਗਾ ਇਹ ਖੈਰ ਕੱਲ ਨੂੰ ਵੋਟ ਕਾਸਟ ਹੋਣ ਤੋਂ ਅਤੇ 4 ਤਰੀਕ ਨੂੰ ਜਦੋਂ ਵੋਟਾਂ ਦੀ ਪਟਾਰੀ ਖੁੱਲੇਗੀ ਉਦੋਂ ਹੀ ਖੈਰ ਪਤਾ ਲੱਗੇਗਾ ਲੇਕਿਨ ਇਸ ਵਕਤ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਕਰ ਲਈਆਂ ਗਈਆਂ ਨੇ ਚੋਣ ਕਮਿਸ਼ਨ ਵੱਲੋਂ ਜਿਹੜੇ 1814 ਜੋ ਪੋਲਿੰਗ ਬੂਥਸ ਬਣਾਏ ਗਏ ਨੇ ਲੋਕ ਸਭਾ ਬਠਿੰਡਾ ਦੇ ਵਿੱਚ ਉੱਥੇ ਪੂਰਨ ਤੌਰ ਦੇ ਉੱਤੇ ਪ੍ਰਸ਼ਾਸਨ ਅਧਿਕਾਰੀ ਜਿਹੜੇ ਉਹ ਤਾਇਨਾਤ ਕਰ ਦਿੱਤੇ ਗਏ ਨੇ ਵੱਖ-ਵੱਖ ਪੋਲਿੰਗ ਸਟੇਸ਼ਨ ਦੇ ਉੱਤੇ ਜਿਹੜੀਆਂ ਡਿਊਟੀਆਂ ਨੇ ਉਹ ਲਗਾ ਦਿੱਤੀਆਂ ਗਈਆਂ ਹਨ ਅਤੇ ਗਰਮੀ ਨੂੰ ਦੇਖਦੇ ਹੋਏ ਵੱਖ-ਵੱਖ ਤਰੀਕੇ ਜਿਹੜੇ ਆਹੋ ਉਹਨਾਂ ਦਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਗਿਆ ਹੈ ਚਾਹੇ ਪਾਣੀ ਦਾ ਪ੍ਰਬੰਧ ਹੋਵੇ ਸ਼ਵੀਲ ਦਾ ਪ੍ਰਬੰਧ ਹੋਵੇ ਅਤੇ ਤਮਾਮ ਚਿਹੇ ਦੀ ਟੈਂਟ ਲਗਾਉਣ ਦੀ ਕਿਉਂ ਨੇ ਵਿਵਸਥਾ ਹੋਵੇ ਤਾਂ ਉਹ ਸਾਰੀ ਜਿਹੜੀ ਇੱਥੇ ਪੂਰਨ ਤੌਰ ਦੇ ਉੱਤੇ ਕੀਤੀ ਜਾ ਰਹੀ ਹੈ ਤਾਂ ਜੋ ਜੋ ਇਸ ਵਕਤ ਵਾਧਦਾ ਹੋਇਆ ਤਾਪਮਾਨ ਹੈ ਉਹ ਵੋਟਰਸ ਦੇ ਉੱਤੇ ਇਫੈਕਟ ਨਾ ਕਰ ਸਕੇ ਤੇ ਵੋਟ ਪਾਉਣ ਦੇ ਲਈ ਲੋਕ ਘਰੋਂ ਤੋਂ ਬਾਹਰ ਨਿਕਲਣ ਤਾਂ ਤਮਾਮ ਜਿਹੜੀਆਂ ਇਸ ਵਕਤ ਤਿਆਰੀਆਂ ਉਹ ਮੁਕੰਮਲ ਹੋ ਚੁੱਕੀਆਂ ਨੇ ਤੇ ਫਿਲਹਾਲ ਕੱਲ ਕਿਸ ਦੇ ਸਿਰ ਸੇਰਾ ਲੋਕ ਸ ਸਜਾਉਂਦੇ ਨੇ ਅਤੇ ਵੋਟਰਸ ਚੀਜ਼ ਦੇ ਹੱਕ ਭੁਗਤਦੇ ਨੇ ਇਹ ਖੈਰ 4 ਤਰੀਕ ਨੂੰ ਜਦੋਂ ਵੋਟਾਂ ਪਟਾਰਾ ਖੁੱਲੇਗਾ ਉਦੋਂ ਹੀ ਕਲੀਅਰ ਹੋਵੇਗਾ ਕਿ ਆਖਿਰਕਾਰ ਬਠਿੰਡਾ ਵਾਸੀਆਂ ਨੇ ਕਿਸ ਦੇ ਸਿਰ ਕਿਸ ਦੇ ਸਿਰ ਸੇਰਾ ਸਜਾਇਆ ਤੇ ਕਿਸ ਦੇ ਕਿਸ ਨੂੰ ਵੀ ਇੱਕ ਵਾਰੀ ਫੇਰ ਨੁਮਾਇੰਦਗੀ ਕਰਨ ਦਾ ਜਿਹੜਾ ਉਹ ਮੌਕਾ ਦਿੱਤਾ ਹੈ ਜੀ ਜ਼ਮੀਲ ਆ ਲੱਗ ਰਹੀ ਕਿਉਂਕਿ ਅਕਸਰ ਆਪਾਂ ਚੋਣਾਂ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਵੱਖ-ਵੱਖ ਪਾਰਟੀਆਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਹੈ ਉਹ ਆਮੋ ਸਾਹਮਣੇ ਹੋ ਜਾਂਦੇ ਆਪਸ ਦੇ ਵਿੱਚ ਪ੍ਰਚਾਰ ਦੇ ਦੌਰਾਨ ਹੀ ਕਈ ਵਾਰ ਕਲੈਸ਼ ਹੋ ਜਾਂਦੇ ਨੇ ਜਦੋਂ ਚੋਣ ਵਾਲਾ ਦਿਨ ਹੁੰਦਾ ਹੈ VOTING ਵਾਲਾ ਦਿਨ ਹੁੰਦਾ ਉਸ ਦਿਨ ਵੀ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਇਸ ਵਾਰ ਲੱਗਦਾ ਨਹੀਂ ਕਿ ਉਹ ਜਿਹੜੀ ਸਥਿਤੀ ਆ ਉਹ ਨਹੀਂ ਬਣੀ ਬਹੁਤੀਆਂ ਥਾਵਾਂ ਦਿੱਤੇ ਕਿਤੇ ਇੱਕਦੁੱਕਾ ਘਟਨਾਵਾਂ ਹੋ ਸਕਦਾ ਹੈ ਕਿ ਹੋਈਆਂ ਹੋਣ ਪਰ ਅਜਿਹਾ ਕੁਝ ਵੇਖਣ ਨੂੰ ਨਹੀਂ ਮਿਲਿਆ ਔਰ ਜਦੋਂ ਚੋਣ ਹੋਏਗੀ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਅਜਿਹੀਆਂ ਘਟਨਾਵਾਂ ਨਹੀਂ ਹੋਣਗੀਆਂ ਲੋਕ ਹੁਣ ਕੁਝ ਸੂਝਵਾਨ ਹੋ ਗਏ ਆ ਹੁਣ ਉਸ ਤਰੀਕੇ ਦੇ ਨਾਲ ਇੱਕ ਦੂਸਰੇ ਨਾਲ ਕਲੈਸ਼ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਾਅਦ ਵਿੱਚ ਭੁਗਤਣਾ ਆਪ ਨੂੰ ਪਹਿਣਾ ਜਤਿੰਦਰ ਇਹ ਵਿਧਾਨ ਸਭਾ ਵੋਟਾਂ ਨਹੀਂ ਇਹ ਸਰਪੰਚੀ ਦੀਆਂ ਕੋਈ ਵੋਟਾਂ ਨਹੀਂ ਇਹ ਦੇ ਦੀਆਂ ਸਭ ਤੋਂ ਵੱਡੀਆਂ ਵੋਟਾਂ ਨੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ ਅਤੇ 18ਵੀਂ ਲੋਕ ਸਭਾ ਦੀ 7ਵੇਂ ਗੇਟ ਦੀਆਂ ਚੋਣਾਂ ਕੱਲ ਨੂੰ ਜਿਹੜੀਆਂ ਹੋਣ ਜਾ ਰਹੀਆਂ ਨੇ ਤੇ ਇਸ ਨੂੰ ਲੈ ਕੇ ਜਿਹੜਾ ਚੋਣ ਕਮਿਸ਼ਨ ਵੱਲੋਂ ਵੀ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਜਿੱਥੋਂ ਤੱਕ ਸਵਾਲ ਰਿਹਾ ਜਿਹੜੇ ਚੜਦਾ ਜਾਂ ਆ ਪਾਰਟੀ ਗੁੱਟਬਾਜੀ ਦਾ ਉਹ ਖੈਰ ਅੱਗੇ ਨਾਲੋਂ ਲੋਕ ਜਰੂਰ ਸੁਚੇਤ ਹੋਏ ਨੇ ਕਿਉਂਕਿ ਜੋ ਜੋ ਡਿਵੈਲਪਮੈਂਟ ਹੁੰਦੀ ਜਾ ਰਹੀ ਹੈ ਟੈਕਨੋਲੋਜੀ ਜਾਰੀ ਹੈ ਤਾਂ ਉਸ ਹਿਸਾਬ ਦੇ ਨਾਲ ਲੋਕ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਬਠਿੰਡਾ ਲੋਕ ਸਭਾ ਦੀ ਤਾਂ ਬਠਿੰਡਾ ਲੋਕ ਸਭਾ ਦੇ ਵਿੱਚ ਚਾਰ ਉਮੀਦਵਾਰਾਂ ਵੱਲੋਂ ਆਪੋ ਆਪਣੇ ਜਿਹੜੇ ਫੇਸਿਸ ਦੇ ਉੱਤੇ ਜਿਹੜਾ ਇਲੈਕਸ਼ਨ ਜਿਹੜੀ ਉਹ ਲੜੀ ਜਾ ਰਹੀ ਹੈ ਹਾਲਾਂਕਿ ਬਾਕੀ ਥਾਵਾਂ ਤੇ ਅਸੀਂ ਦੇਖਿਆ ਕਿ ਨਿੱਜੀ ਟਿੱਪਣੀਆਂ ਜਿਹੜੀਆਂ ਉਹ ਜ਼ਰੂਰ ਇੱਕ ਦੂਜੇ ਤੇ ਉਮੀਦਵਾਰ ਜਿਹੜੇ ਉਹ ਕਰਦੇ ਹੋਏ ਦਿਖਾਈ ਦਿਤਤੇ ਨੇ ਲੇਕਿਨ ਇੱਥੇ ਕਮਾਂਕਾਰਾਂ ਨੂੰ ਜਿਹੜਾ ਦੇਖਦੇ ਹੋਏ ਜਿਹੜੀ ਜਿਹੜਾ ਪ੍ਰਚਾਰ ਆ ਉਹ ਕੀਤਾ ਗਿਆ ਅਤੇ ਕਮਾਂ ਨੂੰ ਲੈ ਕੇ ਹੀ ਜਿਹੜੀਆਂ ਵੋਟਾਂ ਮੰਗਣ ਦੀ ਜਿਹੜੀ ਕਵਾਇਤ ਹੈ ਜਿਹੜੀ ਉਹ ਬਠਿੰਡਾ ਲੋਕ ਸਭਾ ਦੇ ਵਿੱਚ ਰਹੀ ਹੈ ਹਾਲਾਂਕਿ ਇੱਥੇ ਫੇਸਿਸ ਦੇ ਉੱਤੇ ਹੀ ਬੀਬਾ ਹਰਸਿਮਰਤ ਕੌਰ ਬਾਦਲ ਲੜ ਰਹੇ ਨੇ ਚੋਣ ਤੇ ਇਸੇ ਤਰੀਕੇ ਦੇ ਨਾਲ ਆਪਣੇ ਫੇਸ ਨੂੰ ਲੈ ਕੇ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਆਮ ਆਦਮੀ ਪਾਰਟੀ ਤੋਂ ਇੱਥੇ ਉਮੀਦਵਾਰ ਜਿਹੜੇ ਆ ਉਹ ਚੋਣ ਖਾੜੇ ਦੇ ਵਿੱਚ ਉਤਰੇ ਨੇ ਜਿੱਤੇ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਦਾਵਾ ਕਰ ਰਹੇ ਨੇ ਕਿ ਉਹ ਏਮਜ਼ ਅਤੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਹੋਵੇ ਚਾਹੇ ਥਰਮਲ ਪਲੈਂਟ ਕਿਉਂ ਨਾ ਹੋਣ ਤਾਂ ਤਮਾਮ ਜਿਹੜੇ ਜਿਹੜੇ ਵਿਕਾਸਿਤ ਕੰਮ ਨੇ ਉਹ ਜਿਹੜੇ ਸ਼੍ਰੋ ਆਪਣੀ ਅਕਾਲੀ ਦਲ ਵੱਲੋਂ ਹੀ ਕਰਾਏਗੇ ਨੇ ਤੇ ਉੱਤੇ ਹੀ ਕੈਬਨਿਟ ਮੰਤਰੀ ਵੱਲੋਂ ਇਹ ਦਾਵਾ ਪੇਸ਼ ਕੀਤਾ ਗਿਆ ਕਿ ਜਦੋਂ ਉਹ ਮੈਂਬਰ ਪਾਰਲੀਮੈਂਟ ਬਣਨਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਕੀ ਕੀ ਕੰਮ ਕਰਾਏ ਜਾਣਗੇ ਟੇਲਾਂ ਦਾ ਕੰਮ ਹੋ ਗਿਆ ਬੇਰੋਜ਼ਗਾਰੀ ਦੂਰ ਕਰਨਾ ਹੋ ਗਿਆ ਤੇ ਹੋਰ ਇੰਡਸਟਰੀ ਜਿਹੜੀ ਉਹ ਬਠਿੰਡਾ ਦੇ ਵਿੱਚ ਜਿਹੜੀ ਆ ਉਹ ਲੈ ਕੇ ਆਂਦੀ ਜਾਵੇਗੀ ਤਾਂ ਇਹ तमाम ਮੁੱਦਿਆਂ ਨੂੰ ਲੈ ਕੇ ਇਸ ਵਕਤ ਉਮੀਦਵਾਰ ਜਿਹੜੇ ਉਹ ਚੋਣ ਖਾੜੇ ਦੇ ਵਿੱਚ ਉਤਰੇ ਹੋਏ ਹਨ ਤੇ ਫਿਲਹਾਲ ਲੋਕ ਕਿਸ ਦੇ ਸਿਰ ਸੇਰਾ ਸੀ ਉਹਨਾਂ ਨੇ ਕਿਸ ਦੇ ਹੱਕ ਦੇ ਵਿੱਚ ਭੁਗਤਦੇ ਨੇ ਅਤੇ ਕਿਸ ਦੇ ਸਭ ਤੋਂ ਜ਼ਿਆਦਾ ਵਾਦੇ ਜਿਹੜੇ ਆ ਉਹ ਉਹਨਾਂ ਨੂੰ ਪ੍ਰਭਾਵਿਤ ਕਰਦੇ ਨੇ ਇਹ ਦੇਖਣਾ ਬਹੁਤ ਟਾਈਮ ਲਵੇਗਾ ਠੀਕ ਹੈ ਸਮਤ ਫਿਰ ਆਵਾਂਗਾ ਤੁਹਾਡੇ ਕੋਲ ਸਾਡੇ ਨਾਲ ਵਿੰਗਾ ਮਿਲੂ ਵੀ ਜੁੜੇ ਹੋਏ ਆ ਮੁਹਾਲੀ ਤੋਂ ਤਾਂ ਉੱਥੇ ਵੀ ਚੱਲਦੇ ਆ ਵਿੰਗਾ ਕਿੰਨੀਆਂ ਇਸ ਵਕਤ ਜਿਹੜੇ ਆਪਾਂ ਕਹਿ ਸਕਦੇ ਕਿ VOTER ਹੈ ਇਸ ਹਲਕੇ ਦੇ ਵਿੱਚ ਔਰ ਕਿੰਨੇ ਕਿੰਨੇ ਪੋਲਿੰਗ ਬੂਥ ਬਣਾਏ ਗਏ ਆ ਕਿ ਕੋਈ ਅਤ ਸੰਵੇਦਨਸ਼ੀਲ ਪੋਲਿੰਗ ਬੂਥ ਵੀ ਲਈ ਕਿਹਾ ਗਿਆ ਬਣਾਇਆ ਗਿਆ ਇਸ ਤਰੀਕੇ ਦੇ ਨਾਲ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਅੱਜ ਕੀਤੀਆਂ ਗਈਆਂ ਚੋਣਾਂ ਲੈ ਕੇ ਪ੍ਰਿੰਕਾ ਮੇਰੀ ਆਵਾਜ਼ ਸੁਣ پا ਰਹੇ ਤੁਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਪ੍ਰਿੰਕਾ ਤੋਂ ਜਿਹੜਾ ਉਹ ਸਵਾਲ ਅਸੀਂ ਲੈ ਸਕੀਏ ਤੇ ਜਾਣਕਾਰੀ ਜਿਹੜੀ ਉਹ ਉਹਨਾਂ ਤੋਂ ਲੈ ਸਕੀਏ ਰੋਹਿਤ ਮਹਾਜਨ ਵੀ ਸਾਡੇ ਨਾਲ ਜੁੜੇ ਹੋਏ ਆ ਰੋਹਿਤ ਤੋਂ ਵੀ ਜਾਣਕਾਰੀ ਲਵਾਂਗੇ ਰੋਹਿਤ ਕਿੰਨੇ ਆਪਾਂ ਕਹਿ ਸਕਦੇ ਕਿ ਵੋਟਰ ਇਸ ਹਲਕੇ ਦੇ ਵਿੱਚ ਹਗੇ ਆ ਕਿੰਨੇ ਪੋਲਿੰਗ ਬੂਥ ਬਣਾਏ ਗਏ ਆ ਪੋਲਿੰਗ ਸਟੇਸ਼ਨ ਕਿੰਨੇ ਬਣਾਏ ਗਏ ਔਰ ਇਸ ਨੂੰ ਲੈ ਕੇ ਕੀ ਕੋਈ ਤਿਆਰੀਆਂ ਅਮਲੇ ਫੈਲਦੀਆਂ ਸਾਹਮਣੇ ਦੂਸਰੀ ਕੋ ਡੈਕਸ ਨੋਟਾ ਲੈਂਦਾ ਕੋਈ ਕੜੀ ਦਾ ਜਿੱਤੇ ਕਿ ਮੋਟਰਸ ਦੀ ਗੱਲ ਕਰੀਏ ਤਾਂ ਇਸ ਸਮੇਂ ਦਸਤਖਤ

ਤਾ ਰੋਹਿਤ ਦੁਬਾਰਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜੁੜ ਸਕੀਏ ਕਿਉਂਕਿ ਆਵਾਜ਼ ਦੀ ਕੁਝ ਦਿੱਕਤ ਹੈ ਤੁਹਾਡੀ ਗੱਲ ਨਹੀਂ ਸਮਝ ਪਾ ਰਹੇ ਅਸੀਂ ਸ਼ਾਇਦ ਤਕਨੀਕੀ ਕਾਰਨਾਂ ਦੇ ਕਰਕੇ ਇਹ ਤੁਹਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ ਤਾਂ ਪ੍ਰਿੰਕਾ ਸਾਡੇ ਨਾਲ ਲਗਾਤਾਰ ਬਣੀ ਹੋਈ ਹੈ ਪ੍ਰਿੰਕਾ ਹੁਣ ਮੇਰੀ ਆਵਾਜ਼ ਸੁਣ ਪਾ ਰਹੇ ਹੋ ਤੁਸੀਂ ਪਰਨਿਕਾ ਮੇਰਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਇਸ ਹਲਕੇ ਦੇ ਵਿੱਚ ਕਿੰਨੇ ਵੋਟਰ ਨੇ ਜੋ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਕਿੰਨੇ ਉਮੀਦਵਾਰ ਨੇ ਇੱਥੇ ਔਰ ਕਿੰਨੇ ਪੂਲਿੰਗ ਬੂਥ ਬਣਾਏ ਗਏ ਆ ਕੀ ਕੋਈ ਜਾਣਕਾਰੀ ਸਬ ਜੀ ਜਤਿੰਦਰ ਦੇਖੋ ਫਿਲਹਾਲ ਅੱਜ ਦਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੱਲਾ ਅਨੰਦਪੁਰ ਸਾਹਿਬ ਦੀ ਗੱਲ ਨਾ ਕਰਕੇ ਜੇਕਰ ਅਸੀਂ ਪੂਰੇ ਪੰਜਾਬ ਦੀ ਗੱਲ ਕਰ ਲਈਏ ਤਾਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ ਪੰਜਾਬ ਦੇ ਤਕਰੀਬਨ 214000 ਵੋਟਰ ਜਿਹੜੇ ਨੇ ਪੰਜਾਬ ਦੇ 328 ਉਮੀਦਵਾਰਾਂ ਦੀ ਕਿਸਮਤ ਤੈਅ ਕਰਨਗੇ ਔਰ ਕੱਲ ਈਵੀਐਮ ਮਸ਼ੀਨਾਂ ਦੇ ਵਿੱਚ ਉਹਨਾਂ ਤਮਾਮ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਉਹ ਕੈਦ ਹੋ ਜਾਏਗੀ ਕਿਉਂਕਿ तमाम ਚਾਹੇ ਉਹ ਆਜ਼ਾਦ ਉਮੀਦਵਾਰ ਹੋਣ ਚਾਹੇ ਉਹ ਕਿਸੇ ਵੀ ਸਿਆਸੀ ਧਰ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੇ ਗਰਾਊਂਡ ਜ਼ੀਰੋ ਤੇ ਪੂਰੀ ਕੋਸ਼ਿਸ਼ ਕੀਤੀ ਕਿ ਆਪਣਾ ਦਬਦਬਾ ਬਣਾ ਸਕਣ ਔਰ ਨਾਲ ਹੀ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਵਿੱਚ ਕਾਮਯਾਬ ਹੋ ਸਕਣ ਲੇਕਿਨ ਹੁਣ ਇਹ ਤਾਂ ਕਿਉਂਕਿ 4 ਜੂਨ ਨੂੰ ਨਤੀਜੇ ਨੇ ਕੱਲ ਵੋਟਿੰਗ ਹੈ ਔਰ ਉਸ ਤੋਂ ਬਾਅਦ 4 ਜੂਨ ਨੂੰ ਨਤੀਜੇ ਜਦੋਂ ਐਲਾਨੇ ਜਾਣਗੇ ਉਦੋਂ ਹੀ ਇਹ ਤਾਂ ਤਸਵੀਰ ਜਿਹੜੀ ਹੈ ਸਾਫ ਹੋ ਸਕੇਗੀ ਕਿ ਅਕਰ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਵਿੱਚ ਕੌਣ ਜਿਹੜਾ ਹੈ ਉਹ ਸਫਲ ਹੋ ਸਕਿਆ ਜੋ ਤੱਕ ਪ੍ਰਬੰਧਨ ਦੀ ਗੱਲ ਕਰ ਲਈ ਤਾਂ ਇਲੈਕਸ਼ਨ ਕਮਿਸ਼ਨ ਨੇ ਇਸ ਵਾਰ ਫਿਰ ਤੋਂ ਦਾਵਾ ਕੀਤਾ ਕਿਉਂਕਿ ਸਿਆਸੀ ਪਾਰਟੀਆਂ ਕੋਈ 400 ਪਰ ਦਾ ਦਾਵਾ ਕਰ ਰਿਹਾ ਕੋਈ 13 0 ਦਾ ਦਾਵਾ ਕਰ ਰਿਹਾ ਇਲੈਕਸ਼ਨ ਕਮਿਸ਼ਨ ਨੇ ਵੀ ਇਸ ਵਾਰ ਆਪਣਾ ਦਾਵਾ ਕੀਤਾ ਇਸ ਵਾਰ 70 ਪਰ ਸੋ ਇਲੈਕਸ਼ਨ ਕਮਿਸ਼ਨ 70 ਪਰ ਦਾ ਦਾਵਾ ਪੂਰਾ ਕਰਨ ਦੇ ਵਿੱਚ ਕਿੰਨਾ ਕੁ ਸਫਲ ਸਾਬਿਤ ਹੁੰਦਾ ਇਹ ਦੇਖਣਾ ਬੜਾ ਐਮ ਹੋਏਗਾ ਕਿਉਂਕਿ ਦਾਵੇ ਜਿੱਤੇ ਪਾਰਟੀਆਂ ਕਰ ਰਹੀਆਂ ਨੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਵੀ ਆਪਣੇ ਲਈ ਇੱਕ ਟੀਚਾ ਜਿਹੜਾ ਹੈ ਉਹ ਰੱਖਿਆ ਔਰ ਇਸ ਟੀਚੇ ਨੂੰ ਪੂਰਾ ਕਰਨ ਦੇ ਲਈ ਤਮਾਮ ਕੋਸ਼ਿਸ਼ਾਂ ਜਿਹੜੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੇਕਰ ਮੈਂ ਸੰਖੇਪ ਵਿੱਚ ਦੱਸ ਤਕਾ ਤਾਂ ਜਿਹੜੇ ਫਸਟ ਟਾਈਮ ਵੋਟਰਸ ਨੇ ਉਹਨਾਂ ਨੂੰ ਲਿਭਾਉਣ ਦੇ ਲਈ ਵੀ ਕੋਸ਼ਿਸ਼ਾਂ ਜਾਰੀ ਨੇ ਤਾਂ ਜੋ ਉਹ ਵੱਧ ਤੋਂ ਵੱਧ VOTING ਕਰਨੇ ਤਾਂ ਕਿ ਉਹਨਾਂ ਦੇ ਲਈ ਜਿਹੜੀ ਕਹਿ ਸਕਦੇ ਆ ਮੂਵੀ ਟਿਕਟਸ ਨੇ ਉਹ ਵੀ ਫ੍ਰੀ ਰੱਖੀਆਂ ਗਈਆਂ ਨੇ ਉਹ ਟਿਕਟਾਂ ਜਿਹੜੀਆਂ ਨੇ ਜਿਹੜੇ ਫਸਟ ਟਾਈਮ ਵੋਟਰਸ ਹੋਣਗੇ ਉਹਨ ਕੀਤਾ ਸੀ ਉੱਥੇ ਇਹ ਤੱਕ ਕਿਹਾ ਗਿਆ ਕਿ तमाम ਜਿਹੜੇ ਲੋਕ ਖਾਸ ਤੌਰ ਤੇ ਮਹਿਲਾਵਾਂ ਜਿਹੜੀਆਂ ਵੋਟ ਪਾਉਣ ਆਉਣਗੀਆਂ ਉਹਨਾਂ ਵਾਸਤੇ ਉੱਥੇ ਸ਼ਾਮ ਨੂੰ ਯਾਨੀ ਕਿ ਚਾਹੇ ਦੁਪਹਿਰ ਨੂੰ ਆਣ ਜਿਹੜੇ ਮਰਜ਼ੀ ਵਕਤਾਂ ਨੂੰ ਉਹਨਾਂ ਨੂੰ ਉੱਥੇ ਆਈਸਕ੍ਰੀਮ ਜਿਹੜੀ ਉਹ ਵੀ ਡਿਸਟ੍ਰਿਬਿਊਟ ਕੀਤੀ ਜਾਏਗੀ ਔਰ ਮਹਿੰਦੀ ਜਿਹੜੀ ਉਹ ਫ੍ਰੀ ਲਗਾਈ ਜਾਏਗੀ ਟੈਟੂ ਫ੍ਰੀ ਲਗਾਈ ਜਾਣਗੇ ਯਾਨੀ ਕਿ ਇਹ ਤਰੀਕੇ ਨੇ ਜਿਵੇਂ ਸਿਆਸੀ ਪਾਰਟੀਆਂ ਆਪਣੇ ਤਰੀਕੇ ਅਪਣਾ ਰਹੀਆਂ ਨੇ ਕਿ ਉਹ ਆਪਣੇ ਜਿਹੜੇ ਦਾਅਵੇ ਕਰ ਰਹੀਆਂ ਨੇ ਉਹ ਦਾਅਵੇ ਵਿੱਚ ਸਫਲ ਹੋ ਸਕਣ ਉਹ ਪਰਸੈਂਟੇਜ ਉਹਨਾਂ ਨੂੰ ਮਿਲ ਸਕੇ ਇਸੇ ਤਰੀਕੇ ਇਲੈਕਸ਼ਨ ਕਮਿਸ਼ਨ ਦੀ ਵੀ ਆਪਣੀਆਂ ਕੋਸ਼ਿਸ਼ਾਂ ਨੇ ਔਰ ਇਸੇ ਤ ਨੇ ਜਾਂ ਪੀਡਬਲਯੂਡੀ ਵੋਟਰਸ ਨੇ ਉਹਨਾਂ ਦੇ ਲਈ ਹੋਮ VOTING ਦੀ ਸੁਵਿਧਾ ਰੱਖੀ ਸੀ ਔਰ ਇਸ ਤੋਂ ਇਲਾਵਾ ਜੇਕਰ ਕੋਈ ਆਪਣੇ ਘਰੋਂ ਜਿਹੜਾ ਹੈ ਵੋਟ ਪਾਉਣ ਦੇ ਲਈ ਉਸ ਨੂੰ ਦਿੱਕਤ ਆਦੀ ਜਾਂ ਫਿਰ ਕੋਈ ਵਹੀਕਲ ਜਾਂ ਕੋਈ ਸਾਧਨ ਨਹੀਂ ਹੈ ਤਾਂ ਉਹਨਾਂ ਦੇ ਲਈ ਘਰ ਸਾਧਨ ਵੀ ਭੇਜੇ ਜਾਣਗੇ ਵੋਟ ਪਵਾ ਕੇ ਉਹਨੂੰ ਠੀਕ ਹੈ ਪ੍ਰਿੰਕਾ ਜਾਣਕਾਰੀ ਦੇ ਲਈ ਧੰਨਵਾਦ ਸਾਡੇ ਨਾਲ ਸਾਡੇ ਸਹਿਯੋਗੀ ਪੂਜਾ ਵਰਮਾ ਵੀ ਜੁੜੇ ਹੋਏ ਆ ਤਾਂ ਪੂਜਾ ਤੋਂ ਵੀ ਜਾਣਕਾਰੀ ਲੈ ਲੈਨੇ ਆ ਪੂਜਾ ਇਸ ਵਕਤ ਕਿੰਨੇ ਜਿਹੜੇ ਵੋਟਰ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਸ ਜਗ੍ਹਾ ਦਿੱਤੇ ਤੁਸੀਂ ਮੌਜੂਦ ਹੋ ਬਿਲਕੁਲ ਦੇਖੋ ਜਤਿੰਦਰ ਸਭ ਤੋਂ ਪਹਿਲਾਂ ਤਾਂ ਜਿਸ ਲੋਕ ਸਭਾ ਹਲਕੇ ਦੇ ਅਸੀਂ ਗੱਲ ਕਰਨ ਜਾ ਰਹੇ ਹਾਂ ਪਟਿਆਲਾ ਦੀ ਸ਼ਾਹੀ ਸ਼ਹਿਰ ਹੈ ਤੇ ਸ਼ਾਹੀ ਸ਼ਹਿਰ ਦੀ ਸ਼ਾਹੀ ਸੀਟ ਵੀ ਇਸ ਨੂੰ ਕਿਹਾ ਜਾ ਰਿਹਾ ਹੈ ਕਿਉਂਕਿ ਜਿਹੜੇ ਇਸ ਦੇ ਵਿੱਚ ਲੜਾ ਚੌਣ ਲੜ ਰਹੇ ਨੇ ਉਹ ਵੀ ਆਪਣੇ ਆਪ ਦੇ ਵਿੱਚ ਪਰਨੀਤ ਕੌਰ ਦੀ ਅਸੀਂ ਗੱਲ ਕਰਦੇ ਹਾਂ ਭਾਜਪਾ ਤੋਂ ਨੇ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਤਕਰੀਬਨ 4 ਵਾਰ ਸੰਸਦ ਰਹ ਚੁੱਕੇ ਨੇ ਇਸ ਹਲਕੇ ਦੇ ਇਸ ਤੋਂ ਇਲਾਵਾ ਐਨ ਕੇ ਸ਼ਰਮਾ ਜੋ ਕਿ ਅਕਾਲੀ ਦਲ ਤੋਂ ਨੇ ਡਾਕਟਰ ਬਲਬੀਰ ਸਿੰਘ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਮੰਤਰੀ ਹੈ ਤੇ ਹੁਣ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਵੀ ਦਿੱਤੀ ਗਈ ਇਸ ਤੋਂ ਇਲਾਵਾ ਡਾਕਟਰ ਦਰਨਵੀਰ ਗਾਂਧੀ ਜਿਹੜੇ ਕਿ ਹਾਲੇ ਦੇ ਵਿੱਚ ਕਾਂਗਰਸ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਤੇ ਉੱਥੇ ਹੀ ਉਹਨਾਂ ਨੂੰ ਟਿਕਟ ਵੀ ਦਿੱਤੀ ਗਈ ਤੇ ਪਟਿਆਲਾ ਦੇ ਵਿੱਚ 18 ਲੱਖ ਤੋਂ ਕਰੀਬ ਜਿਹੜੇ ਵੋਟਰਸ ਨੇ ਜਿਹੜੇ ਕੀ ਆਪਣਾ ਆਪਣੇ ਮਤ ਦਾ ਇਸਤੇਮਾਲ ਕਰ ਕਰਨਗੇ ਤੇ ਡੇਰਾਬੱਸੀ ਹਲਕੇ ਦੇ ਵਿੱਚ ਇਸ ਵੇਲੇ ਖੜੇ ਨੇ ਤਸਵੀਰਾਂ ਵੀ ਤੁਹਾਨੂੰ મતદાન ਕੇਂਦਰ ਦੀ ਦਿਖਾ ਦਿੰਦੇ ਕਿ ਉੱਥੇ ਕਿਸ ਤਰੀਕੇ ਦੇ ਇੰਤਜ਼ਾਮ ਨੇ ਕਿਉਂਕਿ ਗਰਮੀਆਂ ਨੂੰ ਲੈ ਕੇ ਕਿਹਾ ਗਿਆ ਸੀ ਕਿ ਖਾਸ ਇੰਤਜ਼ਾਮ ਹੋਏਗਾ ਤੇ ਉਹ ਇੰਤਜ਼ਾਮ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੱਖੇ ਲੱਗੇ ਹੋਣਗੇ ਜਾਂ ਕਿਉਂ ਨਹੀਂ ਕਿਉਂਕਿ ਦੁਪਹਿਰ ਦਾ ਵੇਲਾ ਹੋਏਗਾ ਸਵੇਰੇ 7 ਵਜੇ ਤੋਂ ਲੈ ਕੇ ਜਿਹੜਾ ਹੈ 10 ਵਜੇ ਤੱਕ VOTING ਜਿਹੜਾ ਸਮਾਂ ਰਹਿੰਦਾ ਹੈ ਉਸ ਵੇਲੇ ਤਾਂ ਤਾਪਮਾਨ ਠੀਕ ਹੁੰਦਾ ਹੈ ਲੇਕਿਨ ਜਿਵੇਂ ਜਿਵੇਂ ਸੂਰਜ ਜਾਂ ਦਿਨ ਚੜਨਾ ਹੋਰ ਸ਼ੁਰੂ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਗਰਮੀ ਵੀ ਵੱਜ ਜਾਂਦੀ